ਕਹਿੰਦਾ ਭਾਈਓ ਬਹਿਨੋ ਇਦਾਂ ਕਹਿ ਕੇ ਉਹਨੇ ਨਾ ਆਪਣੇ ਬਣਾ ਬਣਾ ਕੇ ਸਾਨੂੰ ਅੰਦਰ ਬਹਿ ਕੇ ਸਾਡੇ ਡੰਗ ਮਾਰੇ ਨੇ। ਹੁਣ ਜੇ ਇੱਥੇ ਆ ਕੇ ਆਪਾਂ ਜਿਹੜਾ ਪਹਿਲਾਂ ਰੌਲੇ ਪੈਂਦੇ ਸੀ ਕਿ ਹਰਿਆਣਾ ਤੇ ਪੰਜਾਬ ਦਾ ਪਾਣੀਆਂ ਦਾ ਰੌਲਾ ਇੱਥੇ ਆ ਕੇ ਕਹਿੰਦੇ ਸਿਰਫ ਇਹ ਪੋਲੀਟੀਕਲ ਗੱਲਾਂ ਨੇ ਕਿਉਂਕਿ ਉਹ ਮੁੱਦੇ ਨੇ ਉਹ ਅਲੱਗ ਚੀਜ਼ਾਂ ਨੇ, ਲੇਕਿਨ ਆਪਸ ਚ ਸਾਡਾ ਪਿਆਰ ਕਿੰਨਾ ਇਹ ਗਰਾਊਂਡ ਜ਼ੀਰੋ ਤੇ ਇੱਥੇ ਆ ਕੇ ਸਾਰਿਆਂ ਨੂੰ ਦਿਖਦਾ ਪਿਆ ਨਾ। ਹੁਣ ਮੈਂ ਲੰਗਰ ਜਿਹੜਾ ਛਕਿਆ ਹਰਿਆਣੇ ਵਾਲੇ ਕੋਲ ਛਕਿਆ, ਦੇਖੋ ਮੈਨੂੰ ਲੰਗਰੇ ਨੇ ਪੰਜਾਬ ਪਾਛੇ ਔਰ ਹਰਿਆਣਾ ਅੱਗੇ ਹਰਿਆਣਾ ਪਹਿਲਾਂ ਆਰਾਮ ਕਟਵਾਏਗੇ ਪੰਜਾਬ ਪਾਛੇ ਕਟਵਾਏਗਾ ਪੱਤੇ ਲੇਗੇ ਯਹਾਂ अरे बच्चों का भी शान करेंगे पंजाब का कभी शुक्रिया नहीं करना सलाम करना सलाम। इसने मेरे को रोटी खिलाई रोटी मैंने अरे भाई के बड़े को रोटी खिलाई अपने हाथ से पोके और गरम दूध पिलाया मक्खन डाल के और नहीं होया और जुगनी जा बैठी बच्चे दिल्ली तंबू लाल गद के किल्ली सेंटर तोरे अंदर पई हिल्ली ओ वीर मेरे आ जुगनी वीर मेरे आ जुगनी कहंदी है हक ले बिना ना रहंदी है वीर मेरे आ जुगनी कहंदी है हक ले बिना ना रहंदी है। तमाकू पाके भई चिलम चकोला भरदा तमाकू पाके भई चिलम चकोला भरदा पाके भई चिलम चकोला भरद हुक्का ताऊ दा गुड़ गुड़ करदा हुक्का ताऊ दा गुड़ करदा हुक्का ताऊ दा गुड़ करदा हुक्का ताऊ दा। ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ, ਮੈਂ ਹਾਂ ਗਗਨ ਬੇਦੀ। ਲਗਾਤਾਰ ਸਿੰਘੂ ਕੁੰਡਲੀ ਬਾਰਡਰ ਤੇ ਬਣੇ ਹੋਏ ਆ, ਦੇਰ ਰਾਤ ਦਾ ਸਮਾਂ ਤੇ ਤੁਸੀਂ ਦੇਖੋ ਮੇਰੇ ਨਾਲ ਕੌਣ ਨੇ। ਕਿਹਾ ਜਾਂਦਾ ਕਿ ਕਲਾਕਾਰ ਸੈਲੀਬ੍ਰਿਟੀ ਹੁੰਦੇ ਆ, ਲੋਕਾਂ ਦੇ ਵਿੱਚ ਘੱਟ ਵਿਚਰਦੇ ਆ, ਪਰ ਅੰਦੋਲਨ ਦੀ ਇੰਨੀ ਖੂਬਸੂਰਤੀ ਹੈ ਕਿ ਕਲਾਕਾਰ ਬਿਲਕੁਲ ਆਪਣਾ ਉਹ ਰੂਪ ਦਿਖਾ ਰਿਹਾ ਜਿਹੜਾ ਮੈਨੂੰ ਲੱਗਦਾ ਕਿ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ। ਅਸੀਂ ਇੱਥੋਂ ਲੰਘ ਰਹੇ ਸੀ ਮੇਨ ਹਾਈਵੇ ਤਾਂ ਦੇਖਿਆ ਕਿ ਇੰਦਰਜੀਤ ਨਿੱਕੂ ਲੋਕਾਂ ਦੇ ਨਾਲ ਬਿਲਕੁਲ ਵਿਚਰਦੇ ਪਏ ਨੇ। ਬਾਈ ਜੀ ਲਗਾਤਾਰ ਅੰਦੋਲਨ ਦੇ ਨਾਲ ਬਣੇ ਹੋਏ ਹੋ ਤੇ ਹੁਣ ਸੇਵਾ 'ਚ ਲੱਗੇ ਹੋਏ ਸੀ ਇੱਥੇ ਨਾਲ। ਸਭ ਤੋਂ ਪਹਿਲਾਂ ਗਗਨ ਥੈਂਕ ਯੂ ਤੁਹਾਡਾ ਜੀ ਡੇਲੀ ਪੋਸਟ ਦੀ ਸਾਰੀ ਟੀਮ ਦਾ, ਕਿਉਂਕਿ ਤੁਸੀਂ ਗਰਾਊਂਡ ਜ਼ੀਰੋ ਤੋਂ ਹਰ ਚੀਜ਼ ਜੋ ਰਿਐਲਿਟੀ ਆ ਉਹ ਦਿਖਾਉਂਦੇ ਹੋ। ਜਿਵੇਂ ਪੰਜਾਬ ਦੇ ਵਿੱਚ ਹੁਣ ਖਬਰਾਂ ਸੀ, ਕਿਉਂਕਿ ਇੱਥੇ ਨੈੱਟ ਨਹੀਂ ਚੱਲਦਾ, ਕਿ ਉੱਥੇ ਤੋਂ ਲੋਕ ਵਾਪਸ ਆ ਗਏ, ਉੱਥੇ ਤਾਂ ਹੈ ਹੀ ਕੋਈ ਨਹੀਂ। ਇੱਥੇ ਆ ਕੇ ਜੋ ਤੁਸੀਂ ਹੁਣ ਦਿਖਾ ਰਹੇ ਹੋ, ਜੋ ਤੁਸੀਂ ਉਪਰਾਲਾ ਕਰ ਰਹੇ ਹੋ, ਬਹੁਤ ਕਾਬਲੇ ਤਾਰੀਫ ਹੈ। ਸਭ ਤੋਂ ਪਹਿਲਾਂ ਤੁਸੀਂ ਤੁਹਾਡੀ ਸਾਰੀ ਟੀਮ ਵਧਾਈ ਦੀ ਪਾਤਰ ਹੈ। ਤੇ ਦੂਜੀ ਗੱਲ, ਅਸੀਂ ਜਦੋਂ 26 ਜਨਵਰੀ ਨੂੰ ਇੱਥੇ ਆ ਕੇ ਜਾਣ ਤੋਂ ਬਾਅਦ 27 ਨੂੰ ਰਾਤ ਨੂੰ ਮੈਂ ਘਰ ਪਹੁੰਚਿਆ ਤੇ ਨਾਲ ਹੀ ਉਹ ਖਬਰ ਮਿਲੀ ਕਿ ਉੱਥੇ ਲਾਠੀ ਚਾਰਜ ਹੋਇਆ, ਇਹ ਹੋਇਆ, ਜੋ ਵੀ ਹੋਇਆ ਤੇ ਸਾਰਿਆਂ ਨੂੰ ਪਤਾ ਹੈ। ਉਹ ਤੋਂ ਬਾਅਦ ਫਿਰ ਸਭ ਨੇ ਆਪਣੇ ਆਪਣੇ ਇਲਾਕਿਆਂ ਤੋਂ ਸ਼ੁਰੂ ਕਰਤੀ ਮੁਹਿੰਮ। ਜਿਵੇਂ ਸਾਡੇ ਪਿੰਡ ਹੋਏ ਲਾਡੀ ਸਰਪੰਚ ਸਾਡੇ, ਇਹਨਾਂ ਨੇ ਆ ਕਰਮਜੀਤ ਹੋਣੀ ਜਿੰਨੇ ਮੁੰਡੇ ਸਾਡੇ ਪਿੰਡ ਦੇ ਨੇ, ਇਹਨਾਂ ਸਾਰੀ ਟੀਮ ਬਣਾਈ ਤੇ ਸ਼ੁਰੂ ਕੀਤਾ ਕਿ ਆਪਣੇ ਆਪਣੇ ਪਿੰਡ ਤੋਂ ਪਹਿਲਾਂ ਬੰਦੇ ਸ਼ੁਰੂ ਕਰੀਏ, ਹੈਨਾ, ਮੁੜ ਤੋਂ ਅੰਦੋਲਨ ਨੂੰ ਨਵਾਂ ਇੱਕ ਬਿਲਕੁਲ। ਤੇ ਉਧਰੋਂ ਕਾ ਸਾਹਿਬ ਨੇ ਜਦੋਂ ਉੱਥੇ ਉਹ ਕਿਉਂਕਿ ਭਾਵੁਕ ਹੋਏ ਨੇ, ਭਾਵੁਕ ਤਾਂ ਹਰ ਇਮੋਸ਼ਨਲ ਹਰ ਬੰਦਾ ਹੋਇਆ ਇਸ ਟਾਈਮ। ਉਹ ਤੋਂ ਬਾਅਦ ਤਾਂ ਮੈਨੂੰ ਲੱਗਦਾ ਹਰਿਆਣਾ, ਯੂਪੀ, ਹਰ ਜਗ੍ਹਾ ਤੋਂ ਲੋਕ ਇਦਾਂ ਭੱਜ ਲਏ, ਨਹੀਂ ਯਾਰ ਜੇ ਉਹ ਸਾਡੇ ਲਈ ਖੜੇ ਨੇ ਤੇ ਸਾਡਾ ਵੀ ਫਰਜ਼ ਬਣਦਾ। ਤੇ ਉਹ ਤੋਂ ਬਾਅਦ ਅਸੀਂ ਵੀ ਉਸ ਦਿਨ ਪਲਾਨ ਕੀਤਾ ਕਿ ਸਾਰੇ ਸਾਡੇ ਪਿੰਡੋਂ ਪਹਿਲਾਂ ਤੁਰੇ, ਇਹਨਾਂ ਨੂੰ ਤੁਰਿਆ, ਫਿਰ ਆਪਣੇ ਮਿੱਤਰਾਂ ਪਿਆਰਾਂ ਨੂੰ ਸਭ ਨੂੰ ਫੋਨ ਕੀਤੇ ਤੇ ਫਿਰ ਆਪ ਤਿਆਰੀ ਕੀਤੀ। ਤੇ ਮੈਂ ਵੀ ਕੱਲ ਤੁਰਿਆ ਸੀਗਾ ਤੇ ਕੱਲ ਰਸਤੇ 'ਚ ਕਈ ਜਗ੍ਹਾ ਚੱਪ ਵੀ ਮਿਲੀ। ਬਿਲਕੁਲ, ਤੁਸੀਂ ਜਿਹੜੀ ਗੱਲ ਕਹੀ ਹੈ, 26 ਤੋਂ ਬਾਅਦ ਨਾ ਇਹ ਕਨਸੈਪਸ਼ਨ ਬਣ ਰਹੀ ਸੀ ਕਿ ਲੋਕ ਘਟ ਗਏ ਤੇ, ਪਰ ਮੈਂ ਕਹਿੰਦਾ ਜਿੰਨਾ ਮੈਂ ਜਦੋਂ ਦਾ ਵੀ ਆਇਆ ਤਾਂ ਜਿੰਨਾ ਹੁਣ ਮੈਂ ਰਸ਼ ਦੇਖ ਰਿਹਾ, ਤੁਸੀਂ ਵੀ ਨੋਟ ਕੀਤਾ ਹੋਊਗਾ, ਟਿੱਕਰੀ ਦੀ ਗੱਲ ਹੋਵੇ, ਸਿੰਘੂ ਦੀ ਗੱਲ ਹੋਵੇ, ਗੱਡੀਆਂ ਪਾਰਕ ਕਰਨ ਦੀ ਥਾਂ ਨਹੀਂ, ਪੈਦਲ ਤੁਰਨ ਦੀ ਥਾਂ ਨਹੀਂ। ਹੁਣ ਕਿੰਨੀ ਦੂਰ ਤੋਂ ਜਦੋਂ ਮੈਂ ਐਂਟਰ ਕੀਤਾ, ਕਿੰਨੀ ਦੂਰ ਤੋਂ ਉਧਰੋਂ ਮੈਨੂੰ ਲੱਗਦਾ 8-9 ਕਿਲੋਮੀਟਰ ਵਾਲੇ ਅੱਗੇ ਹੋਣੀ ਹੈ ਸਟੇਜ ਵੀ, ਹੈ ਨਾ, ਅਸੀਂ 8-9 ਕਿਲੋਮੀਟਰ ਪਿੱਛੇ ਆ, ਇਦੋਂ ਪਿੱਛੇ ਵੀ ਜਾਮ ਦੇਖੋ ਕਿੰਨਾ। ਮੈਂ ਇੰਨਾ ਔਖਾ ਪਹੁੰਚਿਆ, ਮੈਨੂੰ ਐਸ ਵੀ ਕਿੱਥਿਓਂ ਇੰਨਾ ਕਰਦੇ ਹੈ ਨਾ, ਪਰ ਇਹ ਅੰਦੋਲਨ ਨਾ ਤਾਂ ਇੱਦਾਂ ਖਤਮ ਹੋਣਾ। ਮੋਦੀ ਸਾਹਿਬ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਜਦ ਤੱਕ ਇਹ ਕਾਲੇ ਕਾਨੂੰਨ ਖਤਮ ਨਹੀਂ ਹੁੰਦੇ, ਸਾਡੇ ਕਿਸਾਨ ਭਰਾ ਇੱਥੋਂ ਨਹੀਂ ਜਾਣਗੇ, ਤੇ ਕਿਸਾਨਾਂ ਦੇ ਨਾਲ ਹਰ ਵਰਗ ਦੇ ਲੋਕੀ ਇੱਥੇ ਇੱਦਾਂ ਹੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ। ਅੱਛਾ, ਗੀਤਾਂ ਦੇ ਵਿੱਚ ਵੀ ਚੇਂਜ ਆਇਆ ਤੇ ਜਿਹੜੀ 26 ਤਰੀਕ ਦਾ ਸੀਗਾ ਤਾਂ ਉਹ ਵੀ ਹੁਣ ਮੈਨੂੰ ਲੱਗਦਾ ਕਿ ਗੱਲਾਂ ਪੂਰੀਆਂ ਹੋ ਗਈਆਂ ਕਿ ਇੱਦਾਂ ਦਾ ਕੁਛ ਨਹੀਂ ਹੈਗਾ, ਜਿਹੜੀਆਂ ਚੀਜ਼ਾਂ ਨੇ ਜੋ 26 ਨੂੰ ਹੋਇਆ ਉਹ ਵੀ ਸਾਰੇ ਜਾਣਦੇ ਨੇ, ਜਿਹੜਾ ਰੇੜਕਾ ਚੱਲਿਆ ਬਿਲਕੁਲ ਜਾਣਦੇ ਆ। ਹੁਣ ਜਿਹੜੇ ਗਾਣਿਆਂ ਦੀ ਵੀ ਆਪਾਂ ਗੱਲ ਕਰਦੇ ਹਾਂ, ਗਗਨ ਤੁਹਾਨੂੰ ਪਤਾ ਆਪਾਂ ਮਿਲਦੇ ਰਹਿੰਦੇ ਹਾਂ ਬੜੀ ਦੇਰ ਤੋਂ, ਮੈਂ 8-9 ਸਾਲ ਦਾ ਗੈਪ ਸੀ ਜਿਹਨੂੰ ਭਰਨ ਲਈ ਮੈਂ ਗਾਣੇ ਰੈਡੀ ਕੀਤੇ, ਵੀਡੀਓ ਰੈਡੀ ਕੀਤੇ, ਫਿਲਮ ਦਾ ਸ਼ੁਰੂ ਕੀਤਾ, ਲੇਕਿਨ ਜਦੋਂ ਪਤਾ ਲੱਗਿਆ ਕਿ ਸਾਡੇ ਕਿਸਾਨ ਸੜਕਾਂ ਦੇ ਉੱਪਰ ਬੈਠੇ ਨੇ, ਆਪਾਂ ਸਾਰੇ ਗਾਣੇ ਰੋਕਤੇ। ਮੇਰੇ 4 ਵੀਡੀਓ ਜਿਨ੍ਹਾਂ 'ਚ ਮੈਂ ਪੋਸਟਾਂ ਵੀ ਪਾ ਚੁੱਕਿਆ, ਜੇ ਮੇਰੇ ਫੇਸਬੁੱਕ ਇੰਸਟਾ 'ਤੇ ਦੇਖੋਗੇ ਨਾ, ਕੁਛ ਗਾਣਿਆਂ ਦੇ ਪੋਸਟਰ ਵੀ ਪਾ ਚੁੱਕਿਆ, ਲੇਕਿਨ ਉਹ ਤੋਂ ਬਾਅਦ 'ਚ ਰੋਕਤਾ, ਉਹ ਤੋਂ ਬਾਅਦ ਸਿਰਫ ਗਾਣੇ ਗਾਏ ਆਪਾਂ।
साडे तो कौन नू फिरदा चाबी मोटर वाले जिंदे दी सिर्फ कल्ले मोदी लई ऐदा किदा पैर अडामी जमीन साडी ते तर जाणगे इनू लग्या होण ओए तां पिंडां वाले डर जाणगे ए जद धौण ते गोडा रख दे दुश्मन भज्जण नूरा लभ दे पर ये जान ना दिंदे जी साडे तो कौन नू फिरदा चाबी मोटर वाले जिंदे दी साडे तो कौन नू फिरदा चाबी मोटर अच्छा रोज ही ओदा बयान आउंदा ना नहीं भाई जी थोड़ा थोड़ा जा होर हो जाए थोड़ा जा होर हो जाए लगया कहंदा भाईओ बहनो एदा कह के उन्हें ना अपने बना बना के सानू अंदर बह के साडे डंग मरे ने भाईओ बहनो कह के मोदी ने अंदर तक हिलाती दुनिया नोटबंदी फिर जीएसटी हुण सड़कां उत्ते बिठाती दुनिया चाह दी रेड़ी लाउण वाले ने खून दे हंजू रुवाती दुनिया सारी दुनिया करे विद्रोह निकू किते चली गई अकल दरिंदे दी साडे तो खोण नू विरदा चाबी मोटर वाले साडे तो खोण नू विरदा चाबी मोटर इनू कोई इन्नी गल समझा दियो मोदी नू कोई इन्नी गल समझा दियो एदे खाने दे विच पा दियो जिन्ना ते जुल्म करी जाना ओ रोटी इन्ना दी खाना मोदिया इन्ना दी खाना यार रोटी खा के आराम करी जांदे ने शर्म नहीं आउंदी इन्हां नू साडे किसान देख फिर चढ़दी कला च इत्थे हरियाणा पंजाब यूपी सारे एक दूजे नू लंगर छकाउंदे ने ये चीज तुहाडी बिल्कुल सही गल है इत्थे जिहड़ा जोश देख के अपनी जिंदगी च भी बहुत सिखण नू मिलदा कि किन्ना जज्बा है हर तरह की सिचुएशन दे विचों निकलना किवें आ बिल्कुल हुण जे इत्थे आके आपां जिहड़ा पहलां रौले पैंदे सी कि हरियाणा ते पंजाब दा पाणियां दा रौला रौला इत्थे आके कहिंदे सिर्फ इह पोलिटिकल गल्लां ने क्योंकि ओह मुद्दे ने ओह अलग चीज़ां ने लेकिन आपां च साडा प्यार किन्ना इह ग्राउंड जीरो ते इत्थे आके सारिआं नूं दिखदा पिआ ना ਹੁਣ ਮੈਂ ਲੰਗਰ ਜਿਹੜਾ ਛਕਿਆ ਹਰਿਆਣੇ ਵਾਲਾ ਕੋਲ ਛਕਿਆ ਦੇਖੋ ਹਰਿਆਣਾ ਪੰਜਾਬ ਏਕਤਾ ਆ ਮੈਨੂੰ ਲੰਗਰੇ ਨੇ ਹਰਿਆਣਾ ਪੰਜਾਬ ਏਕਤਾ ਆ ਪੰਜਾਬ ਪਾਛੇ ਔਰ ਹਰਿਆਣਾ ਅਗੇ ਹਰਿਆਣਾ ਪਹਿਲਾਂ ਆਰਾਮ ਕਟਵਾਏਗੇ ਪੰਜਾਬ ਪਾਛੇ ਕਟਵਾਏਗਾ ਪੱਤੇ ਲੇਗੇ ਯਾ ਅਰੇ ਮਾਰੇ ਭਾਈ ਨਿੱਕੂ ਆਏ ਹੈ ਇਸਕੇ ਲਈ ਸਲਾਮ ਹੈ ਹਮਾਰੇ ਕੋ ਹਰਿਆਣਾ ਨਹੀਂ ਹਰਿਆਣਾ ਪੰਜਾਬ ਭਾਈ ਕੇ ਲਈ ਪਹਿਲੇ ਹੈ ਵੱਡਾ ਪੰਜਾਬ ਔਰ ਛੋਟਾ ਹਰਿਆਣਾ ਇਨਕੇ ਲਈ ਹਮ ਤਿਆਰ ਹੈ ਹਮ ਨਾੜ ਕਟਵਾ ਸਕੇ ਪੰਜਾਬ ਕਾ ਹੱਥ ਨਹੀਂ ਲਿਖ ਸਕਤਾ ਅੱਛਾ ਮੋਦੀ ਸਰਕਾਰ ਕੋ ਕਹਿਣਾ ਕੁਛ मोदी सरकार बेकार है मारा भाईचारा मतलब भगवान की कृपा करते हैं हाँ ये पंजाब का मारा भाईचारा मिला दिया ऐसा मैं एक एक दिन गया था मोदी का तो शुक्रिया अदा करना जी हाँ इधर पाज मिल गया अपने मिल के मेरे को रोना आ गया रोना ये पाजी ये रे मैं इतना माई भाई कर गया हम तो भगवान का शुक्र करते हैं ये एक ऐसी कौम है जो इंडिया को अलग रख दे सब कुछ को अलग रख दे सिख ऐसी कौम है ये अपने भाई अपने पास आए हैं हरियाणा पंजाब भाईचारा ऐसा भाई छुट गया हम तो नहीं है हम शुक्रिया अदा करते हैं पंजाब भाई का कभी जिंदगी में भूल नहीं सकते शान नहीं भूल सकता अरे बच्चों का भी शान करेंगे पंजाब का कभी शुक्रिया नहीं करना सलाम करना सलाम बिल्कुल बिल्कुल ये तस्वीर ने जेड़े आपसी प्यार नु अपनात नु दर्शाउंदे ने भाई जी आ आ आ तस्वीर देख दो फैंस दे विच तां बहुत घिरे रहे हो नहीं है रोटी हमने हाथे पकाते हैं भाई को खिलाई है बुजुर्ग का शिकाना लगा इने खाना बहुत अच्छा सी खून है किसान का ये किसान का मन का खून है और हम पोग लाते हैं मोदी की आईटी लगा देंगे भाईचारा नहीं कटेगा ऐसी भाई अपने पास आया नगर में इसने बोला इतने दोस्त भी ने लिया हमारे को यही करते हैं हम शानी बोलेंगे पहले भाई आए हमने रास्ते बिल्कुल खोल दिए दिल खोल दिया अपने बिल्कुल हाँ भाई अपने पंजाब से आए हैं बिल्कुल बड़ी गुड खोल दिए बिल्कुल बहुत अच्छा चलते ने बड़े लंगर जेड़े थे ना एक जेड़े ये लोग ने जिन्ना ने अपने अपने छोटे छोटे लोगों ने बेच उत्थे बनाए ते उत्थे एक दूजे धक्के नाल बुलाउंदे सवेरे परौंठे आलू वाले मेरे को खाने ने ओए शाम नूं इत्थे मेरे को आ बनना इत्थे इत्थे आ जाओ ना एंड अलग ही मजा यार भाई जी आ तुसी मैं उही गल कहण लगा तुसी फैंस नाल तां बहुत घिरे रहे हो बहुत अपनी लाइफ देखी है जो तू लाइमलाइट चो आ आ आ जिहड़ी खुशी है मैनूं नहीं लगदा कदे मिली होणी है यार मैं ना एक बार किसी दिल्ली वाले आर्टिस्ट दी गल सुणी सी कहिंदा असीं ना ओह मूल कोके निकलिया उतों ते मैं उहनूं कहा मैं कहा तू इदां क्यों उन्होंने बाहर जमा के लोग घेर लेंगे मैं क्या लोग घेरन गए चंगी गल थोड़े फैन ने नहीं 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 वो बाहर निकले तो पछाणा भी किसी ने ना मैं सोचा मैं यार ये लोग ड्रामे क्यों करते हैं जबकि सानू जो लोग प्यार करते हैं सानू तो लोगों च विचरना चाहिए विचरेंगे ता ही लोगों के बनाएंगे ये लोग प्यार करते हैं साढ़े दुश्मन थोड़ी ने ये अज जिन्हें भी आर्टिस्ट इतने आए हैं सच्ची मैं सब का चंगा लगता सारे आके सेवा भी कर रहे हैं सबू मिल भी रहे हैं
अच्छा भाई जी हुण जिहड़े घरां दे विच बैठे ने जां जिन्हां दे मापे ने फिकर बहुत करदे ने क्योंकि चीज़ां इहो जिहियां जा रहियां ने जिहड़ा मीडिया हैगा ओह भी एक सीमित करता इहनां ने नैट बंद है लोकी नहीं पहुंचा पाउंदे मापिआं नूं बहुत फिकर हुंदा तुसीं तां इत्थे देखी है तस्वीर किवें लगदा की कहना चाहुंदे हो मैनूं वी इह लग्गिआ सी कि रौला जिहड़ा पै रिहा मैं इत्थे फोन वी सभ नूं करदा सी कदे गल हो गई कदे नहीं होई इंटरनैट बंद सी मैनूं घरों तुरन लगे भी क्या गया उत्थे जाके जे लाठीचार्ज दा मैं कहा कुछ नहीं हुंदा सारे फिकर करदे ने लेकिन हुण सारयां नूं असीं आ तुहाडे डेली पोस्ट दे जरिए इह दसणा चाहुंदे कि दोस्तों जिन्ने भी लोग इत्थे हुण घरां च बैठे हो सारे आ जाओ इत्थे नूं इत्थे कोई प्रॉब्लम नहीं पहलां तो ज़्यादा वधिया अंदोलन है इस टाइम एंड दूजी गल सच्ची वाला अंदोलन सही वाला अंदोलन हुण शुरू होया जिथे तुहाडी सारयां दी लोड़ है जे हुण आपां घरां नूं चले गए ना फिर 50 साल नहीं शायद पता नहीं कद तक असीं किन्नी पिछे चले जावांगे ते कदे ए समां वापस नहीं ला पावांगे अज इस अंदोलन नूं कामयाब बनाउणा साडे सारयां लई जरूरी है साडे बच्चां दे भविख लई जरूरी है बिल्कुल अच्छा भाई जी जांदे जांदे इक आखरी बार कोई होर खोर थोड़ियां जिहियां गल्लां हो जाण जिहड़े जोश भर देण जोश गल्लां गाना जी जरूर एक मिंट दो सो बिल्कुल इंद्रजीत निप्पू ने साडे लई बिल्कुल पंजाब हरियाणा भाईचारा जिंदाबाद ये अपने भाई आए हैं ऐसे सीन पहली बार आए हैं जो हर एक आदमी को कंट्रोल करता है एक मेरी बात सुनोगे भाई एक बार जी जी हाँ ये भाई अपने आए हैं हर एक जो अपने तुम्बू लग रहे हरियाणा के पंजाब के ये अपने ऐसे सीन पहली बार आए हैं जो हर एक को मिल रहे हैं अपने भाईचारे जो आज जाते हैं सीधे सीधे बस जाते हैं ये भाई अपने निकू भाई ऐसे भाई है खूबसूरती है सारे कलाकार ये हर एक आदमी छोटा हो तो बड़ा हो अपना भाई छोटा भाई मानता है बड़े हो बड़े मानता है की खुआया की है इसने मेरे को रोटी खिलाई रोटी मैंने अरे भाई को बड़े को रोटी खिलाई अपने हाथ से पोगे और गर्म दूध पिलाया मक्खन डाल के और नहीं नहीं होया और हमने भाई को सुबह का नोता दे रहे हैं क्या बनाना सुबह सुबह परांठे देसी घी के बीट आगे परांठे पोते हैं यहाँ तक नगर रखे अभी भी आ जाएंगे आ जाएंगे ऐसे परांठे हमारे ना आस पास में परांठे नहीं मिलेंगे आपको मतलब बड़े फल है जो हम परांठे पोएंगे ठीक है भाई भाई ने एग्जाम्पल सेट किया साढ़े जो पंजाबी कलाकार उनके साथ में एक एग्जांपल सेट किया भाई आओ हमारा जोश बढ़ता है जो साथ में और भी हैं जो लोग अब देख रहे हैं आपको उनका भी जोश बढ़ता है देख के एक कलाकार आया उनका जोश बढ़िया है हमारा भी जोश बढ़िया कि हम यहाँ रुके बिल्कुल अच्छा भाई जी मैंने लगता कि कलाकार तो वैसे सारे ही आ रहे हैं आप नहीं कहते पर हुण भी आना चाहिए उम्मीद शुरुआती दौर लगता कि काफी लोग आ भी चुके ने सिर्फ इंटरनेट करके लोगों का पता नहीं लगता आप कई बार देखते हैं आ चुके पर उनको दोबारा आना कई बार की होंगे कई बार साढ़े लोग की कहते हैं कि आर्टिस्ट पहुंचे नहीं कई बार पहुंच देने दे फिर भी असं कुछ ना कुछ करते रहने ना जो कोई आर्टिस्ट पहुंचता सीरियसली सारे साथ देने पहुंचते हैं अपना अपने आप का साथ देने पहुंचते हैं क्योंकि साडा भी साढ़े बच्चों का फ्यूचर भी है हर बंद का फ्यूचर है ना भाई जी हो जाए थोड़ा जा हाँ एक गाना हूं किया दिन च जटा की जुगनी ओ जुगनी जा बैठी बच दिल्ली तंबू ला ले गद के किल्ली ओ जुगनी जा बैठी बच दिल्ली तंबू ला ले गद के किल्ली सेंटर तोरे अंदरो पई हिल्ली ओ वीर मेरे आ जुगनी वीर मेरे आ जुगनी कहंदी है हक ले बिना ना रहंदी है वीर मेरे आ जुगनी कहंदी है हक ले बिना ना रहंदी है ओ जुगनी सूझ बूझ तो सियाणी इनू समझे ना कोई न्याणी छकाउंदी सबना नू अन पानी हरदम पढ़दी है गुरबाणी सिक्की सिदक दी है पटराणी ओ वीर मेरे आ जुगनी वीर मेरे आ जुगनी सुची है एदी शान जहान ते उची है सो बिल्कुल जवान जय किसान ठीक है मजदूर एकता हरियाणा पंजाब एकता हरियाणा पंजाब एकता जिंदाबाद ये अपने भाई है जमीन से जुड़े हुए आदमी है ये जमीन अपनी है ठीक है इसलिए आए हैं बिल्कुल भाई ऐसे है जमीन से जुड़े हुए आदमी है ठीक है बता अपनी जमीन गुजर कैसा हो बिल्कुल बिल्कुल सो देख सकते हो तुम ये जोश है दर्शी एक बार जो दिखावे आस पास तुम देख सकते हो इधर मेन हाईवे है और काफी दूर आ सी घट्टो घट 10-12 किलोमीटर मेन स्टेज तो दूर हाँ तो इस तो पिछे भी ट्रालियां लगियां ने 15 किलोमीटर भाई जी कहते करीब होवांगे बिल्कुल बिल्कुल इस वेले सुते पे ने तो असं बहुत ज्यादा नहीं डिस्टर्ब करना चाहते आसे पासे बुजुर्ग भी सुते ने सो इंद्रजीत निक्कू सी बहुत खूबसूरती लगी बहुत वधिया गल लगी कि लोगों के आम तौर पर विचरना और यही खूबसूरती है इस अंदोलन की सब नूं एक करता सो लगातार गलबात चल रही है इंद्रजीत निक्कू नाल ने साडे ते इत्थे आस पास भी जी जी साडे नाल सारे गाउण लग गए अच्छा भाई जी भाई है साडे नाल भाई
ਸਾਡੇ ਨਾਲ ਮੌਂਟੀ ਮਾਨ ਆ ਬਾਈ ਜੀ ਕੀ ਕੀ ਲਿਖਿਆ ਕੀ ਸੁਣਾਓਗੇ ਇਹ ਭਾਜੀ ਆਪਣੇ ਹਰਿਆਣੇ ਵਾਲੇ ਭਰਾਵਾਂ ਦਾ ਹੌਸਲਾ ਵਧਾਉਣ ਲਈ ਭਰਾ ਛੋਟਾ ਭਰਾ ਵੱਡੇ ਦੇ ਨਾਲ ਖੜਾ ਕੱਲਾ ਕੋਈ ਵੀ ਨਹੀਂ ਵੱਡਾ ਹੈਗਾ ਨਾ ਪੰਜਾਬ ਵਾਲੇ ਕੱਲੇ ਵੱਡੇ ਆ ਤੇ ਨਾ ਹਰਿਆਣੇ ਵਾਲੇ ਵੱਡੇ ਆ ਜੇ ਆਪਾਂ ਇਕੱਠੇ ਆ ਤੇ ਕਿਉਂਕਿ ਜੇ ਜਿਹੜੇ ਭਰਾਵਾਂ ਦਾ ਘਰ ਵਿੱਚ ਜੇ ਆਪਸ ਵਿੱਚ ਨਾ ਇੱਕ ਛੋਟਾ ਭਰਾ ਜਾਂ ਵੱਡਾ ਭਰਾ ਇੱਕ ਦੂਜੇ ਨੂੰ ਅੱਖਾਂ ਦਿਖਾਉਣ ਲੱਗ ਪਵੇ ਉਹਦਾ ਫਾਇਦਾ ਦੁਸ਼ਮਣ ਲੈਂਦੇ ਹੁੰਦੇ ਆ ਫਿਰ ਕੀ ਆਣ ਦਿਓ ਉਹਦੇ ਦੇਖੋ ਜੀ ਤਮਾ ਜਿਹਦਾ ਹਰਿਆਣੇ ਵਾਲੇ ਦਾ ਕਲਚਰ ਆ ਹਰਿਆਣੇ ਵਾਲੇ ਦਾ ਕਲਚਰ ਆ ਉਹਦੇ ਉੱਤੇ ਭਾਜੀ ਕੋਈ ਚੀਜ਼ ਲਿਖੀ ਆ ਆਪਾਂ ਰਾਈਟਰ ਆ ਇੱਥੇ 17 ਗਾਣੇ ਆਪਾਂ ਮੇਨ ਸਟੇਜ ਤੇ ਲੈ ਕੇ ਆਪ ਬੋਲ ਚੁੱਕੇ ਆ ਤੇ ਆਹ ਗਾਣਾ ਅੱਜ 17ਵਾਂ ਬੋਲਿਆ ਜੀ ਹਾਂਜੀ ਤਮਾਕੂ ਪਾ ਕੇ ਬਈ ਚਿਲਮ ਚ ਕੋਲਾ ਭਰਦਾ ਤਮਾਕੂ ਪਾ ਕੇ ਬਈ ਚਿਲਮ ਚ ਕੋਲਾ ਭਰਦਾ ਹੁੱਕੂ ਪਾ ਕੇ ਬਈ ਚਿਲਮ ਚ ਕੋਲਾ ਭਰਦਾ ਹੁੱਕਾ ਤਾਊ ਦਾ ਗੁੜ 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 ਕਰਦਾ ਹੁੱਕਾ ਤਾਊ ਦਾ ਗੁੜ 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 ਕਰਦਾ ਹੁੱਕਾ ਤਾਊ ਦਾ ਗੁੜ 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 ਕਰਦਾ ਹੁੱਕਾ ਤਾਊ ਦਾ ਗੋਲ ਗੋਲ ਕਮਾਈ ਜਾਂਦੇ ਬਾਰੀ ਬਾਰੀ ਗੱਛ ਲਾਈ ਜਾਂਦੇ ਗੋਲ ਗੋਲ ਕਮਾਈ ਜਾਂਦੇ ਬਾਰੀ ਬਾਰੀ ਗੱਛ ਲਾਈ ਜਾਂਦੇ ਗੋਲ ਗੋਲ ਕਮਾਈ ਜਾਂਦੇ ਬਾਰੀ ਬਾਰੀ ਗੱਛ ਲਾਈ ਜਾਂਦੇ ਇਹਦੇ ਬਿਨਾ ਨਹੀਂ ਸਰਦਾ ਹੁੱਕਾ ਤਾਊ ਦਾ ਗੁੜ 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 ਕਰਦਾ ਹੁੱਕਾ ਤਾਊ ਦਾ ਗੁੜ 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 ਕਰਦਾ ਹੁੱਕਾ ਤਾਊ ਦਾ ਪੁਰਾਣੀਆਂ ਗੱਲਾਂ ਛੇੜੀ ਬੈਠੇ ਮੋਦੀਆ ਤੈਨੂੰ ਘੇਰੀ ਬੈਠੇ ਪੁਰਾਣੀਆਂ ਗੱਲਾਂ ਛੇੜੀ ਬੈਠੇ ਮੋਦੀਆ ਤੈਨੂੰ ਘੇਰੀ ਬੈਠੇ ਪੁਰਾਣੀਆਂ ਗੱਲਾਂ ਛੇੜੀ ਬੈਠੇ ਮੋਦੀਆ ਤੈਨੂੰ ਘੇਰੀ ਬੈਠੇ ਖੱਟੜ ਬਾਹਰ ਨਾ ਨਿਕਲੇ ਡਰਦਾ ਹੁੱਕਾ ਤਾਊ ਦਾ ਗੁੜ 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 ਕਰਦਾ ਹੁੱਕਾ ਤਾਊ ਦਾ ਗੁੜ 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 ਕਰਦਾ ਹੁੱਕਾ ਤਾਊ ਦਾ ਪੰਜਾਬ ਹਰਿਆਣਾ ਹੋ ਗਏ ਇਕੱਠੇ ਲੀਡਰ ਫਿਰਦੇ ਮੋਹਰੇ ਨੱਠੇ ਪੰਜਾਬ ਹਰਿਆਣਾ ਹੋ ਗਏ ਇਕੱਠੇ ਲੀਡਰ ਫਿਰਦੇ ਮੋਹਰੇ ਨੱਠੇ ਮੋਂਟੀ ਨਿਤ ਨਿਤ ਕੌਣ ਏ ਮਰਦਾ ਹੁੱਕਾ ਤਾਊ ਦਾ ਗੁੜ 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 ਕਰਦਾ ਹੁੱਕਾ ਤਾਊ ਦਾ ਗੁੜ 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 ਕਰਦਾ ਹੁੱਕਾ ਤਾਊ ਦਾ ਮੈਨੂੰ ਐਂ ਲੱਗਦਾ ਹੁਣ ਜਿਹੜਾ ਆਉਣ ਵਾਲਾ ਸਮਾਂ ਨਾ ਜਦੋਂ ਅੰਦੋਲਨ ਖਤਮ ਹੋ ਗਿਆ ਨਾ ਜਿੱਤ ਕੇ ਵਾਪਸ ਚਲੇ ਗਏ ਇਹ ਸਾਡੇ ਵਿਆਹਾਂ 'ਚ ਵੀ ਆ ਕਰਨਗੇ ਰਹਿਣ ਵਾਲੇ ਇਹਨਾਂ ਵਾਸਤੇ ਸਪੈਸ਼ਲ ਹੋਕਿਆਂ ਦਾ ਇੰਤਜ਼ਾਮ ਕਰਨਾ ਵਿਆਹ ਕਰਨਾ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਆ ਬਿਲਕੁਲ 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 ਸੋ ਬਿਲਕੁਲ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਤਾਂ ਤੁਸੀਂ ਇਹ ਤਸਵੀਰਾਂ ਦੇਖੋ ਤਾਂ ਜ਼ਰੂਰ ਇੱਕ ਦੂਜੇ ਨਾਲ ਸਾਂਝੀਆਂ ਕਰੋ ਤਾਂ ਪਤਾ ਲੱਗੇਗਾ ਕਿੰਨਾ ਇੱਥੇ ਜੋਸ਼ ਹੈ ਕੈਮਰਾ ਪਰਸਨ ਦਰਸ਼ਨ ਦਰਸ਼ੀ ਦੇ ਨਾਲ ਸਿੰਘੂ ਬਾਰਡਰ ਤੋਂ ਗਗਨ ਬੇਦੀ ਡੇਲੀ ਪੋਸਟ ਪੰਜਾਬੀ ਧੰਨਵਾਦ